ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਸਭ ਦੇ। ਅੱਜ ਲੱਗਿਆ ਸਫਾਈ ਕਰਨ ਫਾਰਮ 'ਤੇ, ਮਗਰ ਇੱਥੇ ਝੋਨਾ ਲਾਉਣਾ ਅਤੇ ਸੰਦ ਸਮਾਨ ਕਢਾਉਣੇ ਆ। ਪਨੀਰੀ ਵਾਲਾ ਕਾਗਜ਼ ਬਹੁਤ ਵੱਡੀ ਮੁਸ਼ਕਲ ਹੈ ਜੀ, ਸਾਂਭਣਾ ਅਤੇ ਸਿੱਟਣਾ ਚੱਕਣਾ ਇਹ ਸਭ ਤੋਂ ਵੱਡਾ ਜੱਬ ਆ। ਸਾਰੀ ਦੀ ਸਫਾਈ ਕਰਨੀ, ਇੱਥੇ ਫਿਰ ਝੋਨਾ ਵੀ ਲਾਵਾਂਗੇ ਅਤੇ ਨਾਲੇ ਮਸ਼ੀਨਰੀ ਸਾਰੀ ਇੱਧਰ ਖੜ੍ਹਦੀ ਹੈ, ਫਿਰ ਉਦੋਂ ਜਦੋਂ ਲੋਕ ਦਾ ਟਰਾਲੀਆਂ ਟਰੈਕਟਰ ਦਾ ਅੰਦਰ ਖੜਾਉਂਦੇ ਆ, ਟਰਾਲੀਆਂ ਟੁਰਲੀਆਂ ਅਤੇ ਹੋਰ ਸੰਦ ਸਮਾਨ ਜਿਹੜਾ ਹੈਗਾ ਉਹ ਇੱਧਰ ਖੜ੍ਹਦਾ ਸਾਰਾ, ਅਜੇ ਤਾਂ ਅੰਦਰ ਖੜ੍ਹਾ ਵਾ ਸ਼ੈੱਡ 'ਚ। ਨਾ ਨਾ ਉਹਨੂੰ ਮਕਾਓ, ਜਿੰਨੇ ਦਿਨ ਜਿੱਦਣ ਤੱਕ ਆਪਾਂ ਆਲੂ ਬੀਜਣਾ ਉਹਨੂੰ ਮਕਾ ਦੋ ਯਾਰ, ਉਹਨੂੰ ਥੱਲਿਓਂ ਛੱਡ ਕੇ ਪੜ ਲਾ, ਉਹਨੂੰ ਖੱਤੇ 'ਚ ਆਪਾਂ ਪਲਾਓ ਤਾਂ ਫੇਰ ਹੀ ਦੇਣਾ, ਉਹ ਕਿਹੜਾ ਹੁਣ ਆਪਾਂ ਰੱਖਣਾ, ਆਲੂ ਤਾਂ ਬੀਜਣੇ ਆ ਉਹਦੇ ਨਾਲ, ਉਹ ਸਾਰਾ ਫਿਰ ਇਕੱਠਾ ਲੰਬਾ ਕਿਹੜਾ ਹੋਜੂ, ਨਹੀਂ ਉਨੇ ਕੁ ਨੂੰ ਆਲੂ ਫੇਰ ਅੱਡ ਬੀਜਣਾ। ਉਹ ਥੱਲੇ ਵਾਲਾ ਛੱਡ ਦਿਓ ਵੱਢਣਾ, ਜੇ ਥੱਲੇ ਡਿੱਗ ਪਏ ਪੱਠੇ ਉਹਨੂੰ ਥੱਲੇ ਵਾਲਾ ਛੱਡ ਦਿਓ, ਛੱਡੋ ਪਰ ਹਾਂ ਤੇਰੇ ਕੋ ਬੋਲਾ ਤਾਂ ਥਾ ਕਿ ਜਿਸ ਦਿਨ ਤੂੰ ਪੱਠੇ ਮੈਂ ਪਾਣੀ ਲਗਾਏਗਾ ਉਸੀ ਦਿਨ ਬਾਰਿਸ਼ ਆ ਜਾਏਗਾ, ਜਿਤਨਾ ਦਿਨ ਸੁੱਕਾ ਤਾਂ ਪੱਠਾ ਉਸੀ ਦਿਨ ਸੁੱਕਾ ਰਹਾ, ਜਿਸ ਦਿਨ ਪਾਣੀ ਲੱਗਿਆ ਉਸ ਦਿਨ ਬਾਰਿਸ਼ ਆ ਗਿਆ। ਕਿਤਨਾ ਅੱਛਾ ਗਾਸ਼ ਹੋ ਗਿਆ ਤਾਂ ਐਵੇਂ ਟੁੱਟ ਗਿਆ ਨਾ ਕੱਲ, ਚੱਲ ਮੇਰੇ ਖਿਆਲ ਬੱਜ ਜਾਏਗਾ। ਇੱਥੇ ਸਫਾਈ ਕਰ ਦਿਓ ਫਿਰ ਉਦੋਂ ਬਾਅਦ ਉੱਥੇ ਚੱਲਦੇ ਹਾਂ, ਉੱਥੇ ਚੱਲੋ ਟਰਾਲੀ ਲੈ ਕੇ, ਠੀਕ ਹੈ ਨਾ, ਦਾਹ ਦੂਹ ਲੈ ਚੱਲੋ ਤਿੱਖੇ ਕਰਕੇ ਸਾਰੇ, ਉਹ ਸਾਰਾ ਰਾਹ ਵਧੀਆ ਬਣਾਈਏ ਉੱਥੋਂ। ਆ ਵੀ ਸਾਰਾ ਜਿਹੜਾ ਬਾਲਣ ਬੁਲਣ ਜਿਹਾ ਖਿੰਡਿਆ ਪਿਆ ਨਾ, ਹਾਂ ਇਹਨੂੰ ਚੱਕ ਕੇ ਉੱਪਰ ਚਾੜ ਦਿਓ, ਸਾਰੀ ਸਫਾਈ ਕਰੀ, ਆਹ ਇੱਟਾਂ ਉੱਟਾਂ ਜੀਆਂ ਦੇਖ ਕੇ ਪਾਸੇ ਕਰ ਦਿਓ। ਆਪਣੇ ਆ ਤਿੰਨ ਟਰੈਕਟਰ ਰੱਖਿਆ ਕੰਮ ਲਈ, ਬਸ ਇਹ ਤਿੰਨੇ ਬਾਹਰ ਹੁੰਦੇ ਆ, ਤਿੰਨੇ ਚੱਲਦੇ ਰਹਿੰਦੇ ਆ, ਵੱਡੇ ਟਰੈਕਟਰਾਂ ਤੋਂ ਕੰਮ ਬਿਲਕੁਲ ਨਹੀਂ ਲੈਂਦੇ, ਜਦੋਂ ਸੀਜ਼ਨ ਆ ਉਦੋਂ ਹੀ ਕੱਢਣੇ ਆ ਬਸ, ਨਹੀਂ ਨਹੀਂ ਲੋੜ ਪੈਂਦੀ, ਬਿਲਕੁਲ ਵੀ ਨਹੀਂ ਕੱਢਦੇ ਉਹਨਾਂ ਨੂੰ, ਸਾਰੇ ਉਵੇਂ ਖੜ੍ਹੇ ਰਹਿੰਦੇ ਆ, ਕਿਉਂਕਿ ਐਵੇਂ ਨਵੇਂ ਟਰੈਕਟਰਾਂ ਨੂੰ ਕਿਉਂ ਖਰਾਬ ਕਰਨਾ ਆਪਾਂ, ਕਿਉਂਕਿ ਨਵੇਂ ਟਰੈਕਟਰਾਂ ਨੂੰ ਕਿਉਂ ਖਰਾਬ ਕਰਨਾ, ਇਹ ਪੁਰਾਣੇ ਹੈਗੇ ਆ, ਜਿਹੜਾ ਮਰਜ਼ੀ ਬੰਦਾ ਚੜ੍ਹ ਜਾਂਦਾ ਇਹਨਾਂ 'ਤੇ ਕੋਈ ਦਿੱਕਤ ਨਹੀਂ ਹੈਗੀ। ਆਹ ਥ੍ਰੈਸ਼ਰ ਲਿਆ ਹੋਇਆ ਆਪਣਾ, ਇਹ ਝੋਨੇ ਦਾ ਫੂਸ ਕੱਢਣਾ, ਕਣਕ ਦਾ ਫੂਸ ਕੱਢਣਾ, ਜਦੋਂ ਜਿਹੜਾ ਖੱਤੇ 'ਚ ਚੱਕ ਕੇ ਲਿਆਉਂਦੇ ਹਾਂ ਉਹ ਸਾਰਾ ਫਿਰ ਕੱਢ ਦੇਈਦਾ, ਇਹਦੇ ਨਾਲ ਹੀ ਨਾਲ ਦੀ ਨਾਲ ਆਪਾਂ ਫੂਸ ਨਹੀਂ ਮੰਡੀ 'ਚ ਨਹੀਂ ਵੇਚਦੇ ਜਾਣਗੇ,
ਇੱਥੇ ਆਪਣਾ ਝੋਨਾ ਇੱਥੇ ਫਾਰਮ 'ਤੇ ਲਾਵਾਂਗੇ ਅਤੇ ਇੱਥੋਂ ਹੀ ਵੇਚਣਾ ਫਿਰ ਸ਼ੁਰੂ ਕਰ ਦਿੰਦੇ ਹਾਂ ਵੀ ਜਾਣੀ ਕਿ ਝੋਨਾ ਕੱਢ ਕੇ ਫੂਸ ਕੱਢਦੀ ਦਾ ਜਿਹੜਾ ਝੋਨਾ ਹੁੰਦਾ ਫਿਰ ਢੇਰੀ 'ਤੇ ਪਾ ਦੇਈਦਾ ਫੂਸ ਅੱਡ ਰੱਖੀ ਜਾਈਦਾ ਫੂਸ ਮੁੜ ਕੇ ਚੱਕ ਕੇ ਲੈ ਜਾਂਦੇ ਆ ਵੇਚ ਲਈਦਾ ਜਾਂ ਥੋੜ੍ਹਾ ਵਾਲਾ ਰੱਖ ਵੀ ਲਈਦਾ ਮੱਝਾਂ ਦੇ ਥੱਲੇ ਪਾਉਣ ਨੂੰ ਅਤੇ ਕੰਮ ਦੇਈ ਜਾਂਦਾ ਅਤੇ ਆਹ ਤਿੰਨੇ ਟਰੈਕਟਰ ਆਪਣੇ ਕੋਲ ਰੱਖੇ ਹੋਏ ਆ ਇੰਟਰ ਬਾਰ ਇਹ ਤਿੰਨੇ ਚੱਲਦੇ ਰਹਿੰਦੇ ਆ ਕੰਮ 'ਤੇ ਹੁਣ ਜ਼ਿਆਦਾਤਰ ਤਾਂ ਉਹੀ ਲਿਆਉਂਦੇ ਆ ਪੱਠੇ ਉਹਦੇ ਨਾਲ ਹੀ ਜਿਹਦੇ ਨਾਲ ਪ੍ਰੈਸ਼ਰ ਪਾਉਂਦੇ ਆ ਜ਼ਿਆਦਾ ਉਹੀ ਚੱਲਦਾ ਇੱਕ ਉਹ ਅਤੇ ਇੱਕ ਆ ਜਿਹੜਾ ਟਰਾਲੀ ਪਾਈ ਖੜ੍ਹੇ ਆ ਇਹ ਤਾਂ ਕਦੇ ਕਦਾਈ ਜਿੱਦਾਂ ਰੋਟਾਵੇਟਰ ਪਾਉਣਾ ਉੱਦਣ ਕੱਢ ਲੈਂਦੇ ਆ ਨਹੀਂ ਤਾਂ ਜ਼ਿਆਦਾ ਦੋ ਤਾਂ ਇੱਕ ਹੀ ਜ਼ਿਆਦਾ ਚੱਲਦਾ ਪੱਠੇ ਲਿਆਉਣੇ ਹੁੰਦੇ ਜ਼ਿਆਦਾ ਪੱਠੇ ਲਿਆਉਣੇ ਆ ਜਾਂ ਕਿਤੇ ਹੋਰ ਬੰਦਿਆਂ ਜਿਵੇਂ ਹੁਣ ਦਰਖਤ ਦਰੁਖਤ ਸਾਂਗਦੇ ਆ ਜਾਂ ਮੋਟਰਾਂ 'ਚ ਸਫਾਈਆਂ ਸਫਾਈਆਂ ਚੱਲਦੀਆਂ ਰਹਿੰਦੀਆਂ ਨੇ ਬਸ ਹੁਣ ਇਹ ਚੱਲਦੇ ਰਹਿੰਦੇ ਅਤੇ ਨਵੇਂ ਟਰੈਕਟਰ ਨਹੀਂ ਬਿਲਕੁਲ ਵੀ ਕੱਢਦੇ ਸੀਜ਼ਨ ਸੀਜ਼ਨ ਦੇ ਵਿੱਚ ਹੀ ਲੋਡ ਹੁੰਦੀ ਆ ਬਸ ਉਦੋਂ ਬਾਅਦ ਅੰਦਰ ਖੜਾ ਦੇਣਾ ਕੋਈ ਬੰਦਾ ਨਹੀਂ ਛੇੜਦਾ ਕੋਈ ਅਸੀਂ ਆਪ ਨਹੀਂ ਛੇੜਦੇ ਚਲਾਉਂਦੇ ਬਿਲਕੁਲ ਵੀ ਬਿਲਕੁਲ ਬੰਦ ਹੀ ਕਰੇ ਹੁੰਦੇ ਆ ਸਾਰਾ ਬਾਅਦ ਜਦੋਂ ਸੀਜ਼ਨ ਆ ਗਿਆ ਉਦੋਂ ਹੀ ਕੱਢਣੇ ਆ ਸੀਜ਼ਨ ਤੋਂ ਫਿਰ ਓਏ ਡਰਾਈਵਰ ਕੱਢ ਦਿਓ ਡਰਾਈਵਰ ਖੋਲ ਕੇ ਪਾ ਲਓ ਆਹ ਇੰਟਰ ਬਹੁਤ ਪੁਰਾਣਾ ਮੈਂ ਇਹ ਜਾਲੀਆਂ ਵਾਲਾ ਇੰਟਰ ਸੀਗਾ ਇਹਦੀ ਸ਼ੋਅ ਹੋਈ ਸੀ ਖਰਾਬ ਫਿਰ ਆਪਣਾ ਸ਼ੋਅ ਆ ਕੇ ਤੋਂ ਪੁਰਾਣੀ ਮਿਲ ਗਈ ਅਤੇ ਉਹ ਲਾ ਕੇ ਲਿਆ ਇਹ ਇੰਜਨ ਉਂਜਣ ਇਹਦਾ ਸਾਰਾ ਕੁਛ ਓਰਿਜਨਲ ਹੀ ਆ ਅਤੇ ਇਹਦੀ ਲਿਫਟ ਵੀ ਦੂਜੀ ਆ ਮੂਹਰੇ ਲੱਗੀ ਜਿਹੜੀ ਮੂਹਰੋਂ ਸਿੰਗਲ ਲੀਵਰ ਨਾਲ ਹੀ ਚੱਕਦੇ ਹਾਂ ਇਹ ਪ੍ਰੈਸ਼ਰ 'ਤੇ ਆਪਾਂ ਉੱਪਰ ਮੂੰਹ ਲਵਾਇਆ ਹੋਇਆ ਵਾ ਇਹਦੇ ਵਿੱਚ ਪਾ ਕੇ ਝੋਨਾ ਆਰਾਮ ਨਾਲ ਛਾਣ ਹੋ ਜਾਂਦਾ ਭੂਤ ਬਾਅਦ ਨਿਕਲ ਆ ਸਾਰਾ ਇੱਥੇ ਕੱਟਰ ਕੁੱਟਰ ਕੱਟਰ ਫੇਰ ਦੇਣਾ ਆਪਦੇ ਇੱਧਰ ਫੇਰਿਆ ਸੀਗਾ ਕੱਟਰ ਕਿਉਂਕਿ ਇਹਨੂੰ ਵਾਹੁਣਾ ਨਹੀਂ ਹੈਗਾ ਇਹਨੂੰ ਪੱਕਾ ਹੀ ਰੱਖਣਾ ਵਾ ਫਿਰ ਨਹੀਂ ਗਾਰਾ ਹੋ ਜਾਣਾ ਜੇ ਬਾਅਦ ਤੁਹਾਨੂੰ ਲਓ ਜੀ ਇਹ ਗੱਡੀ ਦਾ ਵੀ ਕੰਮ ਕਰਨ ਲੱਗਿਆ ਹੋਇਆ ਇਹਦੀਆਂ ਲਾਈਟਾਂ ਲੂਟਾਂ ਪਾਉਣੀਆਂ ਸੀਟਾਂ ਦੇ ਕਵਰ ਕੂਵਰ ਪਵਾ ਦੇ ਨਵੇਂ ਮਜਨੂੰ ਕਹਿੰਦਾ ਇਹਨੂੰ ਵੀ ਪੂਰੀ ਟੋਰੀ ਬਣਾਉਣਾ ਇਹ ਹੁਣ ਲਾਈਟਾਂ ਲੂਟਾਂ ਸਾਰੀਆਂ ਨਵੀਆਂ ਪਵਾ ਦੇਣੀਆਂ ਜਦੋਂ ਇਹ ਮੈਂ ਚਲਾਉਂਦਾ ਸੀਗਾ ਇੱਕ ਵੀ ਮਿੱਟੀ ਦਾ ਤਬਕਾ ਨਹੀਂ ਹੈ ਡੈੱਕ ਇਹਦੇ ਵਿੱਚ ਚੱਲਦਾ ਹੁੰਦਾ ਸੀ ਪੱਖਾ ਇਹਦੇ ਵਿੱਚ ਚੱਲਦਾ ਹੁੰਦਾ ਸੀ ਉਹੀ ਤਾਂ ਡਰਾਈਵਰ ਤੁਸੀਂ ਜਾਣਦੇ ਹੋ ਤੁਸੀਂ ਕਦੀ ਕਿਹਨੂੰ ਫੜਾਉਂਦੇ ਹੋ ਕਦੀ ਕਿਹਨੂੰ ਫੜਾਉਂਦੇ ਹੋ ਤੁਸੀਂ ਵੀ ਤਾਂ ਕਹਿੰਦੇ ਹੋ ਨਾ ਵੀ ਸਾਰੇ ਭੰਨ ਲੈਣ ਜੀ ਨੇ ਭੰਨਣੀਆਂ ਫਿਰ ਕੀ ਹੋ ਗਿਆ ਹਾਂ ਬਿਹਾਰ 'ਚ ਸਾਰੇ ਜਾਣੇ ਰੋਟੀ ਤਾਂ ਇਹਨੇ ਖਾਣ ਲਾਏ ਆ ਕਿੰਨੇ ਜਾਣਿਆਂ ਨੂੰ ਇਹਨੇ ਡਰਾਈਵਰ ਬਣਾਤਾ ਕਹਿਣ ਨੂੰ ਜੋ ਕੋਈ ਮਰਜ਼ੀ ਕੁਛ ਕਹਿ ਲਵੇ ਪਰ ਜਿਹੜੇ ਇੱਥੋਂ ਜਾਂਦੇ ਉੱਥੇ ਤਾਂ ਚੱਲਦੀ ਨਹੀਂ ਗੱਡੀ ਉਹਨਾਂ ਤੋਂ ਹਾਂ ਆ ਰੋਟਾਵੇਟਰ ਰਿਪੇਅਰ ਹੋ ਕੇ ਆ ਗਿਆ ਆਪਣਾ ਵਧੀਆ ਹੋਇਆ ਇਹਦੀਆਂ ਛੁਰੀਆਂ ਪਾਉਣ ਵਾਲੀਆਂ ਹਨ ਹੈਂ ਚੱਲਣ ਵਾਲਾ ਹੈ ਨਹੀਂ ਛੁਰੀ ਪਿੱਧਰ ਉਹਨੇ ਕੱਲ ਨੂੰ ਆਉਣਾ ਵਾ ਹਾਂ ਸਾਫ ਧੋ ਲਾ ਇਹਨੂੰ ਹਾਂ ਹਾਂ ਧੋ ਦੇ ਇਹਨੂੰ ਆ ਜੈਕ ਨੂੰ ਸਾਂਭ ਲਾ ਕਿਤੇ ਆ ਕਿਤੇ ਸੰਭਾਲ ਕੇ ਰੱਖ ਦੇ ਇਹਨੂੰ ਜੈਕ ਨੂੰ ਜਿਹੜੀਆਂ ਉਹ ਪਲੇਟਾਂ ਨੇ ਉਹ ਕਸਣੀਆਂ ਦੂਜੀਆਂ ਨੇ ਕਿ ਉਹੀ ਠੀਕ ਆ ਹੁਣ ਛੋਟਾ ਕਰਨਾ ਪੈਣਾ ਬਸ ਆਪਾਂ ਆਹ ਡੰਡਾ ਇਹਦੇ ਵਾਲਾ ਹੀ ਆ ਇਹਦੇ ਵਾਲਾ ਹੀ ਆ
ਲੈਫਟ ਦਾ ਮਾੜੇ ਜੇ ਰੇਸ ਤੇ ਚੱਕ ਦਾ ਹੁਣ ਹਾਂ ਉਹ ਬੰਦ ਰੇਸ ਤੇ ਮੈਨੂੰ ਲੱਗਦਾ ਵਜਨ ਪਾਉਣਾ ਪੈਣਾ ਆਪਾਂ ਨੂੰ ਪੂਰੇ ਵਜਨ ਉਹ ਤੇਰੇ ਕੋਲ ਹੈ ਤਾਂ ਹੈਗੀਆਂ ਪਲੇਟਾਂ ਵੱਡਾ ਵੱਡਾ ਵੱਟਾ ਲਾ ਕੇ ਉਹ ਛੋਟੇ ਵੱਡੀਆਂ ਪਲੇਟਾਂ ਕੱਸ ਲੈ ਇੱਕ ਉਹ ਟਰੈਕਟਰ ਵੀ ਧਵਾਉਣਾ ਸੀ ਪਿੱਧਰ ਸਪਰੇਅ ਵਾਲਾ ਧੋ ਲਿਆ ਫਿਰੋਜ ਯਾਰ ਆਹ ਸਮਾਨ ਵੀ ਸੰਭਾਲ ਕੇ ਰੱਖਣਾ ਸੀਗਾ ਜਿਹੜਾ ਆਪਣਾ ਉਹ ਸਪਰੇਅ ਵਾਲਾ ਕਰਿਆ ਹੈ ਉਹ ਡੱਬਾ ਚੱਕ ਦੇ ਉਹ ਤੇ ਪਿਆ ਇਹਦੇ ਮਗਰਲੇ ਟਾਇਰਾਂ 'ਚ ਨਾ ਹਵਾ ਪਵਾਉਣ ਵਾਲੀ ਆ ਮਗਰ ਆਪਾਂ ਫੱਟੀ ਲਵਾਈ ਹੋਈ ਆ ਵੀ ਬੰਦੇ ਦੇ ਖੜਨ ਨੂੰ ਟਰੈਕਟਰ ਦਾ ਧੋਤਾ ਇਹ ਹੁਣ ਰੈਡੀ ਆ ਉਹਦੀ ਵਰਕਿੰਗ ਲਈ ਜਦ ਮਰਜ਼ੀ ਕਰਨ ਸਟਾਰਟ ਕਰ ਸਕਦੇ ਹਾਂ ਕੱਲ੍ਹ ਸਾਰੀ ਸਫਾਈ ਹੋ ਗਈ ਇੱਥੇ ਖੁੱਲ੍ਹਾ ਡੁੱਲਾ ਹੋ ਗਿਆ ਹੁਣ ਪੂਰਾ ਵਧੀਆ ਅਤੇ ਉਹ ਗੋਲੀ ਜਿਹੇ ਰਹਿ ਗਏ ਉਹ ਭਰਦੇ ਹਾਂ ਉਹ ਵੀ ਘਰੇ ਛੱਡ ਦੇਣੇ ਆ ਬਾਲਣ ਨੂੰ ਅਤੇ ਉਹ ਇੱਟਾਂ ਜੀਆਂ ਤਾਂ ਜੇ ਸੀ ਬੀ ਨਾਲ ਧਕਾ ਦਾਂਗੇ ਭਰਾ ਨੂੰ ਫਿਰ ਸਾਰਾ ਵਰਤੋਂ 'ਚ ਆਉਣ ਲੱਗ ਜੂ ਵਧੀਆ ਬਸ ਹੁਣ ਨਹੀਂ ਘਾਹ ਹੁੰਦਾ ਕਿਉਂਕਿ ਹੁਣ ਮਸ਼ੀਨਰੀ ਇੱਧਰ ਬਾਹਰ ਨਿਕਲ ਆਉਣੀ ਆ ਹੁਣ ਨਹੀਂ ਘਾਹ ਆਹ ਦੇਖ ਲਓ ਆਹ ਸਭ ਤੋਂ ਲੇਟ ਝੋਨਾ ਆਪਣਾ ਛੱਬੀ ਪਰ ਇਹ ਵੀ ਨਸਾਰੇ 'ਤੇ ਆ ਗਿਆ ਬਸ ਆਹ ਵਿਚਾਰਾ ਦਰਖਤ ਟੁੱਟ ਗਿਆ ਕੱਲ੍ਹ ਹਨੇਰੀ ਨਾਲ ਡਿੱਗ ਪਿਆ ਸੀ ਫਿਰ ਇਹਦੇ ਪੱਟੀ ਮਰਮ ਕਰੇ ਆ ਲਾਈਆਂ ਪੱਟੀਆਂ ਪੁੱਟੀਆਂ ਕਰਕੇ ਇਹਨੂੰ ਸਹੀ ਕਰਿਆ ਐਂਗਲ ਖੜ੍ਹਾ ਕਰਿਆ ਨਾਲ ਵੀ ਬਚ ਜਾਵੇ ਪਰ ਸੁੱਕਿਆ ਨਹੀਂ ਬਚਾ ਹੈਗਾ ਜੇ ਪਿੱਤਰ ਲੱਗਿਆ ਹੋਇਆ ਆਪਦੀ ਮਸ਼ੀਨ ਨੂੰ ਕਬਾੜ ਕਬੂੜ ਵੀ ਸਾਰਾ ਇਕੱਠਾ ਕਰ ਲਿਆ ਹੁਣ ਵੇਚ ਦਾਂਗੇ ਜਿਹੜਾ ਲੋਹਾ ਲੋਹਾ ਹੈਗਾ ਵੇਚਣਾ ਆਪੂ ਜਦੋਂ ਕੰਬਾਈਨ ਦੀ ਟੁੱਟ ਗਈ ਸੀ SMS ਕਰਕੇ ਇਹ ਵੀ ਟੁੱਟੀ ਹੋਈ ਹੈ ਵੀ ਵੇਚ ਹੀ ਦੇਣੀ ਆ ਜਿਹੜੇ ਸਾਲ ਬਾਹਲੇ ਹੜ੍ਹ ਆਏ ਉਹ ਪਾਣੀ ਆਇਆ ਸੀ ਨਾ ਮੀਂਹ ਪਿਆ ਸੀ ਉਸ ਸਾਲ ਪੱਖਾ ਬਣਵਾਇਆ ਸੀ ਪਰ ਜਮਾਂ ਹੀ ਜੀਰੋ ਕੁਆਲਿਟੀ ਦਾ ਬੰਦੇ ਨੇ ਪੱਖਾ ਬਣਾ ਕੇ ਦਿੱਤਾ ਰੁਪਈਏ ਬਹੁਤ ਲਏ ਸੀ ਹਾਂ ਸਾਰੀ ਬਿਲਡਿੰਗ ਟੁੱਟ ਗਈ ਜਾਣੀ ਕਿ ਇੱਥੇ ਸਾਰਾ ਲੀਕ ਕਰਦਾ ਪੱਖਾ ਪਹਿਲੇ ਸਾਲ ਹੀ ਐਂ ਟੁੱਟ ਗਿਆ ਸੀ ਪੱਖਾ ਇਹਨਾਂ ਦਾ ਬਣਿਆ ਹੋਇਆ ਵਾ ਪਤਾ ਨਹੀਂ ਮਲੋਟ ਤੋਂ ਪਾਣੀ ਤਾਂ ਬਹੁਤ ਦਿੰਦਾ ਸੀ ਪਰ ਕੁਆਲਿਟੀ ਆਹ ਜ਼ੀਰੋ ਸੀ ਉਹ ਪਹਿਲੇ ਸਾਲ ਹੀ ਪਾਟ ਗਿਆ ਸੀ ਕਈ ਵੀਰ ਫੋਨ ਮੈਸੇਜ ਕਰਦੇ ਸੀ ਨਾ ਉਹ ਮੋਟਰਾਂ ਚੱਲਦੀਆਂ ਵੀ ਵੀਰੇ ਪੱਖਾ ਨਹੀਂ ਲਾਇਆ ਪੱਖਾ ਲਾ ਲਓ ਵੱਧ ਕੱਢੋ ਇਹ ਬਣਵਾਇਆ ਸੀ ਉਸੇ ਸਾਲ ਹੀ ਕੰਬਾਈਨਾਂ ਰੈਡੀ ਆ ਆਪਣੀਆਂ
ਹੁਣ ਇੱਕ ਕੰਬਾਈਨ ਦੇ SMS ਲਵਾਉਣਾ ਓਰੀਜਨਲ ਉਹ ਪਾਇਆ ਹੋਇਆ ਸੀ ਆਰਡਰ ਪਰ ਉਹ ਲੇਟ ਬਾਹਲਾ ਕਰ ਰਹੇ ਆ ਤਾਂ ਕਰਕੇ ਹੁਣ ਗੁਰਦੀਪ ਵਾਲਿਆਂ ਤੋਂ ਹੀ ਲਵਾਉਣਾ ਪੈਣਾ SMS ਉਹਨਾਂ ਤੋਂ ਲਵਾ ਲੈਂਦੇ ਹਾਂ ਕਿਉਂਕਿ ਉਹਨਾਂ ਨੇ ਚਲੋ ਹੋਲੈਂਡ ਮਸ਼ੀਨ 'ਤੇ ਉਹ ਲਾਉਂਦੇ ਆ ਇਹ ਤਾਂ ਲਵਾਉਣਾ SMS ਆ ਕੱਪੜਾ ਖੋਲ੍ਹ ਕੇ ਰੱਖ ਦੇਣਾ ਛੱਡ ਕੇ ਆਉਂਦੇ ਹਾਂ ਕੱਲ੍ਹ ਪਰਸੋਂ ਨੂੰ ਮਸ਼ੀਨ ਇਹਦੇ 'ਤੇ ਤਾਂ ਹੈਗਾ ਇਹਦਾ ਤਾਂ ਸਾਰਾ ਕੁਛ ਚਾਲੂ ਦੋਨਾਂ ਦਾ ਚਾਲੂ ਹੁਣ ਦੋਨਾਂ ਦਾ ਹੀ ਹੋ ਗਿਆ ਸਾਰਾ ਕੁਛ ਅਤੇ ਇਹਦੇ ਸੈਂਟਰ 'ਚ ਲੋਕ ਆ ਬਸ ਇਸੇ ਲੋਕ ਖੋਲ੍ਹੋ ਗੱਡੀ ਵਾਂਗੂ ਇਹ ਥੱਲੇ ਲਮਕ ਜਾਂਦਾ ਬਲੇਡ ਬਲੂਡ ਸਾਰੇ ਇਹਦੇ ਓਰੀਜਨਲ ਆ ਨਾਲ ਦੇ ਸਾਰਾ ਕੁਛ ਅਤੇ ਹਾਂ ਉਦੋਂ ਵਿੱਚ ਵੱਜ ਗਈ ਸੀ ਇੱਥੇ ਰੰਗ ਕਰਦੇ ਹਾਂ ਲਿਆ ਕੇ ਉਹ ਵਾਲੀ ਲੈਟ ਟੁੱਟੀ ਆ ਉਦਣ ਜਿਹੜੀ ਲੈ ਕੇ ਆਉਂਦੀ ਆ ਇਸ ਵਾਰ ਮਿਸਤਰੀ ਲਾਉਣਾ ਇੱਥੇ ਡੈਗ ਹੀ ਬਣਾ ਦੇਣਾ ਪੱਕਾ ਅੱਗੇ ਫਰਸ਼ ਉੱਧਰ ਲਾਇਆ ਸੀ ਪਰ ਉੱਥੇ ਗਿੱਲਾ ਹੁੰਦਾ ਇੱਧਰ ਹੀ ਡੈਗ ਬਣਾ ਦੇਣਾ ਪੂਰਾ ਉੱਚਾ ਰੱਖ ਕੇ ਵੀ ਮਸ਼ੀਨਰੀ ਤਾਂ ਹੁਣ ਉਹਦੇ ਉੱਤੇ ਚਾੜ ਕੇ ਧੋ ਲਿਆ ਕਰਾਂਗੇ ਅਤੇ ਨਾਲੇ ਉਹ ਚੈਨ ਕੁੱਪੀ ਟੰਗਣ ਨੂੰ ਲਾਉਣੇ ਆ ਗਾਡਰ ਜੇ ਉਹ ਲਾਉਂਦੇ ਹਾਂ ਗਾਡਰ ਫਿਰ ਜਿਵੇਂ ਮਰਜ਼ੀ ਸਮਾਨ ਸਮੂਨ ਲਾ ਲਓ ਇੱਕ ਉਹਦੇ ਸ਼ਕਤੀਮਾਨ ਦੇ ਬਲੇਡ ਬਦਲਾ ਕੇ ਲਿਆਉਂਦੇ ਹਾਂ ਮਲਚਰ ਦੇ 8 ਫੁੱਟ ਆ ਆਪਣੇ ਵਾਲਾ ਇਹਦੇ ਬਦਲਾ ਕੇ ਲਿਆਉਂਦੇ ਹਾਂ ਬਲੇਡ ਵੀ ਬਦਲ ਲਾਂਗੇ ਅਤੇ ਰੋਟਾਵੇਟਰਾਂ ਦੀਆਂ ਵੀ ਫਾਲੀਆਂ ਲੈਣ ਵਾਲੀਆਂ ਸਾਰਿਆਂ ਦੀਆਂ ਆਹ ਵੀ ਘਸ ਗਈਆਂ ਮਾਈਸ਼ੋ ਦੀ ਵੀ ਘਸੀਆਂ ਹੋਈਆਂ ਨੇ ਤਕਰੀਬਨ ਬਦਲਣ ਵਾਲੀ ਆ ਥੋੜ੍ਹਾ ਜਿਹਾ ਚੱਲ ਜਾਣਗੇ ਹਜੇ ਚਲਾ ਦਿੰਦੇ ਹਾਂ ਕੱਲ੍ਹ ਨੂੰ ਪਹਿਲਾਂ ਹੀ ਬਦਲਣੇ ਆ ਥੋੜ੍ਹਾ ਚਲਾ ਕੇ ਵਿੱਚ ਜੇ ਬਦਲ ਸਾਰੇ ਰੋਟਾਵੇਟਰ ਦੀਆਂ ਬਦਲਣ ਵਾਲੀਆਂ ਨੇ ਫਾਲੀਆਂ ਕਿਉਂਕਿ ਆਪਣੇ ਸੀਜ਼ਨ ਸੀਜ਼ਨ 'ਚ ਘਸ ਜਾਂਦੀਆਂ ਆਹ ਦੁਬਾਰਾ ਵਿਚਾਲੇ ਬਦਲੇ ਸੀ ਵਿਚਾਲੇ ਉੱਡ ਗਏ ਇੱਕ ਸੀਜ਼ਨ ਹੀ ਸੀਜ਼ਨ ਸੀਜ਼ਨ 'ਚ ਇੱਕ ਹੀ ਸੀਜ਼ਨ ਲੱਗਦਾ ਉਹਨਾਂ ਨਾਲ ਬਲੇਡਾਂ ਨਾਲ ਕਈ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਵੀਰੇ ਅਸੀਂ ਤੁਹਾਨੂੰ ਦੇਖ ਕੇ ਵੀ ਤੁਹਾਡੀਆਂ ਵੀਡੀਓ ਦੇਖ ਕੇ ਉਹ ਕਰਨ ਲੱਗੇ ਹਾਂ ਵੀ ਅੱਗ ਨਹੀਂ ਲਾਉਣੀ ਐਤਕੀ ਲਏ ਆ ਅਸੀਂ ਮਲਚਰ ਲਿਆ ਪਲਾਓ ਲਿਆ ਹੈ ਨਾ ਮੈਨੂੰ ਕੱਲ੍ਹ ਵੀਰ ਦਾ ਅੰਮ੍ਰਿਤਸਰੋਂ ਫੋਨ ਆਇਆ ਸੀ ਇੱਧਰੋਂ ਆਪਣੇ ਏਰੀਏ 'ਚੋਂ ਵੀ ਬਹੁਤ ਬੰਦੇ ਲੱਗੇ ਆ ਕਿ ਹਾਂ ਮੋਗੇ ਅੰਨੀ ਦੇ ਵੀ ਲੱਗੇ ਆ ਬੰਦੇ ਕਿ ਹਾਂ ਵੀਰੇ ਵੀ ਅਸੀਂ ਹੁਣ ਅੱਗ ਨਹੀਂ ਲਾਉਣੀ ਵੀ ਤੁਹਾਨੂੰ ਦੇਖ ਕੇ ਅਸੀਂ ਲੱਗੇ ਹਾਂ ਵੀ ਉਹ ਮੈਂ ਉਹ ਵਜ੍ਹਾ ਨਾ ਦੇਖ ਕੇ ਪੁਰਾਣੀ ਵੀਡੀਓ ਨੂੰ ਸ਼ੇਅਰ ਕਰੂੰਗਾ ਦੁਬਾਰਾ ਉਹਦੇ 'ਤੇ ਯੂਟਿਊਬ 'ਤੇ ਅਤੇ ਜਿਵੇਂ ਜਿਵੇਂ ਹੈਗੇ 2-3 ਵੀਡੀਓ ਪਾਈਆਂ ਸੀ ਮੈਂ ਉਹ ਰਿਲੇਟਡ ਉਹਨਾਂ ਨੂੰ ਜ਼ਰੂਰ ਦੇਖਿਓ ਵੀ ਉਹ ਜਿਵੇਂ ਤੁਹਾਨੂੰ ਜੇ ਲੱਗੇ ਆ ਵਧੀਆ ਇਸ ਵਾਰ ਅੱਗੇ ਮੈਂ ਉਨੀ ਡਿਟੇਲ ਨਾਲ ਨਹੀਂ ਬਣਾਈਆਂ ਸੀ ਐਤਕੀ ਸਾਰੇ ਵੀਰਾਂ ਦਾ ਪਿਆਰ ਮਿਲਦਾ ਅਤੇ ਹੁਣ ਪੂਰੀਆਂ ਡਿਟੇਲ ਨਾਲ ਵੀਡੀਓ ਬਣਾਵਾਂਗੇ ਜਿੱਦਣ ਤੋਂ ਉਹ ਲੱਗ ਗਏ ਆਪਾਂ ਜਿੱਦਣ ਤੋਂ ਸੀਡ ਵੀ ਕਢਾ ਕੇ ਲਿਆਉਂਦਾ ਉਹ ਵੀ ਪੂਰਾ ਦੱਸਾਂਗੇ ਆਲੂਆਂ ਦਾ ਕਿ ਆਹ ਆਹ ਦਵਾਈ ਲਾਉਣੀ ਆ ਜਾਂ ਜਿੰਨੀ ਜਿਹੜੀ ਆਪ ਦੇਖੋ ਆਪ ਇੱਕ ਗੱਲ ਹੋਰ ਵੀ ਆ ਕਿ ਮੈਂ ਮਹਿੰਗੇ ਵਾਲੇ ਪਾਸੇ ਨੂੰ ਨਹੀਂ ਜਾਂਦਾ ਦਵਾਈਆਂ ਲਾਉਣ ਦੇ ਵਿੱਚ ਨਾ ਅਤੇ ਆਪਾਂ ਹੈਗੇ ਹਾਂ ਕਿ ਜੋ ਨੋਰਮਲ ਚੀਜ਼ ਆ ਉਹ ਲਾਓ ਬਸ ਠੀਕ ਆ ਇੱਕ ਤੇਲੇ ਵਾਲੀ ਲਾਓ ਕੋਈ ਵੀ ਫੰਗੀ ਸਾਈਡ ਆ ਉਹ ਲਾ ਦਿਓ ਬਸ ਉਹ ਚੀਜ਼ਾਂ ਨੇ ਕਿ ਉਹਦੇ ਬਾਰੇ ਵੀ ਜ਼ਰੂਰ ਜਿੰਨੀ ਕੁ ਯੋਗ ਜਿੰਨੇ ਕੁ ਮੈਨੂੰ ਹੈਗਾ ਪਤਾ ਉਹ ਜ਼ਰੂਰ ਵਿੱਚ ਉਹਦੇ ਸ਼ੇਅਰ ਕਰਾਂਗੇ ਦੱਸਾਂਗੇ
ਉਹਨਾਂ ਬੁੜੀਆਂ ਦੇ ਕੋਲੇ ਨਾ ਜਾ ਕੇ ਇੱਕ ਵਾਰ ਫਿਰੋਜੂ ਦੇਖ ਲਈ, ਫੇਰ ਵੀ ਚਾਹ ਲੈ ਕੇ ਜਾਏਗਾ ਨਾ? ਲੈਟ ਹੈ ਨੀ ਇਹਦਾ, ਮੈਂ ਪਤਾ ਕਰਦਾ ਜੇ ਤਾਂ ਲਾਈਟਾਂ ਲੂਟਾਂ ਮਿਲ ਗਈਆਂ ਉਰੋਂ ਹੀ ਤਾਂ ਠੀਕ ਆ, ਨਹੀਂ ਫਿਰ ਮੈਂ ਲੈ ਕੇ ਆਉਣਾ ਲਾਈਟਾਂ ਫੇਰ ਲਵਾਉਣੇ। ਇੱਧਰ ਲੱਗ ਜਾਣੇ, ਇੱਧਰ ਕੋਈ ਦਿੱਕਤ ਹੈ ਨਹੀਂ। ਆਹ ਟਰੈਕਟਰ ਮਾੜਾ ਮਗਰ ਨੂੰ ਕਰ ਲਿਓ, ਚਾਹੇ ਧੱਕ ਲੈ ਧੱਕ ਹੀ ਮਗਰ ਨੂੰ ਕਰ ਲਿਓ। ਲਓ ਜੀ ਇੱਕ ਸੜ ਗਈ ਮੋਟਰ ਆਪਣੀ, ਚੱਕ ਲੈ ਰੋਟੀਆਂ ਖਾਣ ਨੂੰ ਤਾਂ ਕਹਿ ਦੇਣਾ, 15-20 ਫੜਾ ਦੇ। ਹੈਂ ਬਸ ਇਹੀ ਆਹੀ ਆ, ਰੱਖੋ ਗੱਡੀ 'ਚ। ਆਹੋ ਟੈਕਸ ਮੋਈ ਆ, ਇਹੀ ਚੱਕ ਲਓ ਚੱਕ ਲਓ। ਪਿੱਤਰ ਨੇ ਖੋਲੀ ਹੋਈ ਆ ਮਸ਼ੀਨ, ਲੱਗਿਆ ਹੋਇਆ ਰੰਗ ਰੁੰਗ ਕਰਨ, ਜਿਹੜੇ ਖਰਾਬ ਆ ਇਹਦੇ ਮੂਹਰੋਂ ਪੈਨਲ ਪੂਨਲ ਦੇ।